पुलिस पेंशनर वेलफेयर एसोसीएशन की एक अहम मीटिंग पुलिस पेंशनर वेलफेयर एसोसीएशन भवन फाजिलका विखे हुई, जिथे मुक्तसर तो आए रिटायर्ड डीएसपी प्रधान पुलिस वेलफेयर एसोसीएशन ने नुमाइंदगी की। अज दो साल बाद होने वाली मीटिंग लई नवे बनाने लई प्रधान लई मीटिंग की गई, जिस विच प्रधान दे नोमीनेशन फार्म मंगे गए, पर पुलिस पेंशनर वेलफेयर एसोसीएशन फाजिलका वालों सर्वसम्मति कर दी गई। तो इस मौके पुलिस पेंशनर वेलफेयर एसोसीएशन वालों पुलिस मुलाजमान जो कि रिटायर हो चुके हैं आ रही मुश्किलों बारे विचार वटांदरा किया गया, किस तरह सरकार नाल गलबात की जानी है, इस रणनीति बनाई गई। इस मौके बोलते हुए वक् वक् आगुआ ने की कुछ किया, पुलिस पेंशनर वेलफेयर एसोसीएशन फाजिलका का प्रधान किस नूं बनाया गया, इस सब कुछ जानने लिए साडे नाल बने रहो और साडी पूरी कवरेज वेखो। बार गया कचरा दो ग्रेड सवा ग्यारह बजे मैं कॉलेज पौना घंटा लिया चेक करा गुरमीत सिंह आ जाए दो साल का पीरियड हों सा चोन की दो साल बाद हर संस्था की जी इस तरह अब फाजिलका की चोन के संबंध में नामजदगी पत्र भरे जाने से जिदा टाइम सीगा साढ़े दस तो लैके बारह बजे तक जी। इतने अज इत आए चोन कराने वास्ते तो इतने सर्वसम्मति हो गई है जी। पहला वाले प्रधान श्री मदन लाल जी प्रधान बनाया गया, तो कश्मीर चंद जी सीनियर मीत प्रधान
ਅਤੇ ਗੁਰਮੀਤ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਜੀ। ਸੋ ਅੱਜ ਇਹਨਾਂ ਦੀ ਸਰਬਸੰਮਤੀ ਹੋ ਗਈ, ਇਸ ਕਰਕੇ ਸਾਨੂੰ ਚੋਣਾਂ ਵਾਲੇ ਦਿਨ ਆਉਣ ਦੀ ਲੋੜ ਨਹੀਂ। ਅੱਜ ਹੀ ਰਿਜ਼ਲਟ ਜਿਹੜਾ ਉਹ ਅਸੀਂ ਡਿਕਲੇਅਰ ਕਰ ਦਿੱਤਾ ਜੀ। ਸਾਡੀ 12 ਵਜੇ ਤੱਕ ਸਾਡੇ ਨਾਮਜ਼ਦਗੀ ਸੀਗੀ, ਜੇ ਡਬਲ ਪਾਰਟੀਆਂ ਹੋਣ ਤਾਂ ਫਿਰ ਸਾਨੂੰ 12:30 ਵਜੇ ਤੱਕ ਕਿਸੇ ਨੇ ਕਾਗਜ਼ ਵਾਪਸ ਲੈਣੇ ਤਾਂ ਟਾਈਮ ਦੇਈਦਾ। ਸੋ ਅੱਜ ਸਾਡੇ 2 ਸਾਲ ਲਈ ਮਦਨ ਲਾਲ ਜੀ ਪ੍ਰਧਾਨ ਚੁਣੇ ਗਏ ਆ, ਗੁਰਮੀਤ ਸਿੰਘ ਜੀ ਜਨਰਲ ਸਕੱਤਰ ਚੁਣੇ ਗਏ ਆ, ਅਤੇ ਕਸ਼ਮੀਰ ਚੰਦ ਜੀ ਉਹ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਆ। ਸੋ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿੱਤੀ ਆ ਕਿ ਤੁਸੀਂ ਏਕਤਾ ਬਣਾਈ ਰੱਖੀ, ਇਹਨਾਂ ਦਾ ਥੈਂਕਸ ਕੀਤਾ, ਤੁਹਾਡਾ ਵੀ ਥੈਂਕਸ। ਥੈਂਕ ਯੂ। ਮੈਂ ਰਿਟਾਇਰਡ ਇੰਸਪੈਕਟਰ ਮਦਨ ਲਾਲ, ਜੋ ਕਿ ਮੈਂ 2 ਸਾਲ ਪਹਿਲਾਂ ਵੀ ਇਸ ਪਦ 'ਤੇ ਰਿਹਾ ਜੀ। ਇਹਨਾਂ ਨੇ ਸਾਡੇ ਕੰਮ ਕਾਜ ਦੇਖਦਿਆਂ ਹੋਇਆਂ, ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਫਰਕ ਨਾ ਰੱਖਦਿਆਂ ਹੋਇਆਂ, ਮੇਰੇ ਸਮੂਹ ਮੈਂਬਰਾਂ ਨੇ ਮੈਨੂੰ ਦੁਬਾਰਾ ਇਸ ਨਿਯੁਕਤੀ ਦਾ ਮੌਕਾ ਦਿੱਤਾ ਐਜ਼ ਏ ਪ੍ਰੈਜ਼ੀਡੈਂਟ। ਮੈਂ ਇਹਨਾਂ ਨੂੰ ਇਹੀ ਵਿਸ਼ਵਾਸ ਦਵਾਇਆ ਕਿ ਜਿੰਨਾ ਪਹਿਲਾਂ ਕੰਮ ਹੋ ਚੁੱਕਿਆ ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਕੋਸ਼ਿਸ਼ ਕਰਾਂਗਾ ਕਿ ਕੋਈ ਵੀ ਮੇਰਾ ਇਸ ਸੰਸਥਾ ਦਾ ਮੈਂਬਰ ਮੇਰੇ ਕਰਕੇ ਨਿਰਾਸ਼ ਨਾ ਹੋਵੇ, ਔਰ ਮੈਂ ਇਸ ਸੰਸਥਾ ਨੂੰ ਆਪਣੇ ਵੱਲੋਂ ਬਿਲਡਿੰਗ ਫੰਡ ਵਾਸਤੇ ਆਪਣੀ ਮਰਜ਼ੀ ਨਾਲ 51,000 ਰੁਪਇਆ ਦੇ ਰਿਹਾ, ਜਿਹੜਾ ਕਿ ਇਹਨਾਂ ਦੀ ਜਿੱਥੇ ਕੋਈ ਕਮੀ ਲੱਗੇਗੀ ਉੱਥੇ ਵਰਤਿਆ ਜਾਏਗਾ। ਤੁਹਾਡੇ ਵੱਲੋਂ ਕੀ ਕੰਮ ਕਰਾਏ ਜਾਣਗੇ ਸਰ? ਮੇਰੇ ਵੱਲੋਂ ਇੱਥੇ ਕੰਮ 90% ਕੰਮ ਹੋ ਚੁੱਕੇ ਨੇ, 10% ਕੰਮ ਬਾਕੀ ਰਹਿ ਗਏ ਨੇ। ਗਰਮੀਆਂ ਦਾ ਮੌਸਮ ਆ ਰਿਹਾ ਹੈ ਜੀ, ਕੋਈ ਚੀਜ਼ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਕਰਾਂਗੇ। ਜਿਸ ਤਰ੍ਹਾਂ ਕੋਈ ਫਰਨੀਚਰ ਦੀ ਕੋਈ ਅਸੀਂ ਸ਼ੋਰਟ ਸਮਝਦੇ ਹਾਂ ਉਹਨੂੰ ਅਸੀਂ ਪੂਰਾ ਕਰਾਂਗੇ, ਪਲੱਸ ਹੋਰ ਵੀ ਜਿੰਨਾ ਮੇਰੇ ਮੈਂਬਰ ਸਾਹਿਬਾਨ ਇੱਥੇ ਆਉਣਗੇ ਉਹਨੂੰ ਜੋ ਜੋ ਫੈਸਿਲਿਟੀ ਅਸੀਂ ਦੇ ਸਕੇ ਉਹ ਅਸੀਂ ਫੈਸਿਲਿਟੀ ਮੁਹੱਈਆ ਕਰਾਵਾਂਗੇ। ਜੋ ਮੁਲਾਜ਼ਮ ਰਿਟਾਇਰ ਹੋਏ ਨੇ ਉਹਨਾਂ ਵਾਸਤੇ ਕੀ ਸੁਵਿਧਾਵਾਂ? ਜਿਹੜੇ ਮੁਲਾਜ਼ਮ ਰਿਟਾਇਰ ਹੋਏ ਨੇ, ਦੇਖੋ ਪਰਮਾਤਮਾ, ਅਸੀਂ ਇਹੀ ਮੈਂ ਪਹਿਲਾਂ ਕਹਿ ਚੁੱਕਿਆ ਵੀ ਕਿਸੇ 'ਤੇ ਕੋਈ ਇਹੋ ਜਿਹਾ ਸਮਾਂ ਨਾ ਲਿਆਵੇ, ਅਸੀਂ ਖੁਸ਼ ਖੁਸ਼ ਰਹੀਏ। ਚਲੋ ਕਿਸੇ ਵੇਲੇ ਇਸ ਤਰ੍ਹਾਂ ਦੀ ਕੋਈ ਨੌਬਤ ਆਉਂਦੀ ਹੈ ਅਤੇ ਜਿੰਨੇ ਸਾਡੇ ਰਿਟਾਇਰਡ ਮੁਲਾਜ਼ਮ ਨੇ ਅਸੀਂ ਉਹਨਾਂ ਦੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਉਹਦਾ ਸਾਥ ਦੇਵਾਂਗੇ, ਔਰ ਹਰ ਉਹਨਾਂ ਦੀ ਜੋ ਵੀ ਸਮੱਸਿਆ ਉਹਦਾ ਕੋਈ ਸੁਧਾਰ ਲਵਾਂਗੇ ਅਸੀਂ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਂ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।